गुड मॉर्निंग स्टूडेंट्स, आई एम गोइंग टू कंटिन्यू रीडिंग ऑफ लेसन नंबर 4, सॉर्टिंग मटेरियल इनटू ग्रुप्स। आप जरा फर्स्ट पेज आप पढ़ चुके हैं, सेकंड भी पढ़ चुके हैं। नेक्स्ट अज आप करन जा रहे हैं प्रॉपर्टीज ऑफ मटेरियल्स। सो लेट्स स्टार्ट। हैव यू एवर वंडर्ड व्हाई आर टम्बलर इज नॉट मेड विद अ पीस ऑफ क्लोथ। बच्चे टम्बलर हुंदा है ग्लास, ठीक है, जिदे विच असी पानी पींदे हां जां फिर कई बार आपां चाह वगैरह भी पा लैंदे हां, ठीक है। कोई भी टम्बलर जिदे विच आपां वाटर होल्ड करदे हां, ठीक है, लिक्विड होल्ड करदे हां। तुसी कदी हैरान होए जो कि जिहड़ा टम्बलर आ उह किसी कपड़े दा क्यों नहीं बनिया, ठीक है, क्लोथ दा क्यों नहीं बनदा। रिकॉल आवर एक्सपैरिमेंट्स विद द पीस ऑफ क्लोथ इन चैप्टर 3 एंड ऑल्सो कीप इन माइंड दैट वी जनरली यूज अ टम्बलर टू कीप अ लिक्विड। ਆਪਾਂ ਚੈਪਟਰ ਨੰਬਰ 3 ਦੇ ਵਿੱਚ ਇੱਕ ਐਕਟੀਵਿਟੀ ਕੀਤੀ ਸੀ, ਠੀਕ ਆ, ਜਿਸ ਵਿੱਚ ਆਪਾਂ ਆਲਰੇਡੀ ਐਕਸਪੈਰੀਮੈਂਟ ਕਰ ਚੁੱਕੇ ਹਾਂ ਕਿ ਜੇ ਅਸੀਂ ਕੱਪੜੇ ਦੇ ਵਿੱਚ ਕੋਈ ਲਿਕੁਇਡ ਪਾਵਾਂਗੇ ਤਾਂ ਉਹ ਸਾਡਾ ਕੀ ਆ ਨਿਕਲ ਜਾਏਗਾ, ਬਾਹਰ ਨਿਕਲ ਜਾਏਗਾ, ਠੀਕ ਆ, ਉਹਨੂੰ ਮਤਲਬ ਹੈਂਡਲ ਨਹੀਂ ਕਰ ਪਾਏਗਾ ਲਿਕੁਇਡ ਨੂੰ। ਅਸੀਂ ਟੰਬਲਰ ਦੇ ਵਿੱਚ ਜ਼ਿਆਦਾਤਰ ਕੀ ਪਾਉਂਦੇ ਹਾਂ, ਲਿਕੁਇਡ ਚੀਜ਼ ਹੀ ਪਾਉਂਦੇ ਹਾਂ। ਸੋ ਦੇਅਰਫੋਰ ਵੁੱਡ ਇਟ ਨਾਟ ਬੀ ਅ ਸਿਲੀ ਇਫ ਵੀ ਵਰ ਟੂ ਮੇਕ ਆ ਟੰਬਲਰ ਆਊਟ ਆਫ ਕਲੋਥ। ਤੁਹਾਨੂੰ ਇਹ ਹਾਸੇ ਜਿਹੇ ਵਾਲੀ ਗੱਲ ਨਹੀਂ ਲੱਗਦੀ ਕਿ ਅਸੀਂ ਜਿਹੜਾ ਟੰਬਲਰ ਆ ਉਹ ਕਾਹਦਾ ਬਣਾਈਏ, ਕੱਪੜੇ ਦਾ ਬਣਾਈਏ ਤੇ, ਠੀਕ ਆ। ਵਟ ਵੀ ਨੀਡ ਫੋਰ ਆ ਟੰਬਲਰ ਇਜ ਗਲਾਸ, ਪਲਾਸਟਿਕ, ਮੈਟਲ ਔਰ ਅਦਰ ਸੱਚ ਮਟੀਰੀਅਲ ਦੈਟ ਵਿਲ ਵੁੱਡ ਹੋਲਡ ਵਾਟਰ। ਤੁਹਾਨੂੰ ਕੀ ਲੱਗਦਾ ਕਿ ਟੰਬਲਰ ਕਾਹਦਾ ਹੋਣਾ ਚਾਹੀਦਾ ਹੈ? ਕੱਚ ਦਾ ਵੀ ਹੋ ਸਕਦਾ, ਪਲਾਸਟਿਕ ਦਾ ਵੀ ਹੋ ਸਕਦਾ, ਕਿਸੇ ਧਾਤ ਦਾ ਵੀ ਹੋ ਸਕਦਾ, ਠੀਕ ਹੈ, ਜਾਂ ਕਿਸੇ ਹੋਰ ਮਟੀਰੀਅਲ ਦਾ ਹੋ ਸਕਦਾ ਹੈ ਜਿਹਦੇ ਵਿੱਚ ਕਾਹਦੀ ਮਤਲਬ ਹੋਣੀ ਚਾਹੀਦੀ ਸ਼ਮਤਾ ਵਾਟਰ ਨੂੰ ਹੋਲਡ ਕਰਨ ਦੇ ਵੀ, ਠੀਕ ਆ। ਜਿਹੜੇ ਵਿੱਚ ਵਾਟਰ ਹੋਲਡ ਹੋ ਜਾਏਗਾ ਅਸੀਂ ਉਹਦਾ ਹੀ ਟੰਬਲਰ ਬਣਾਵਾਂਗੇ। ਸੋ ਕਲੋਥ ਦੇ ਵਿੱਚ ਤਾਂ ਵਾਟਰ ਹੋਲਡ ਨਹੀਂ ਹੋ ਸਕਦਾ, ਇਸ ਕਰਕੇ ਅਸੀਂ ਉਹਦਾ ਟੰਬਲਰ ਨਹੀਂ ਬਣਾ ਸਕਦੇ। ਸਿਮਿਲਰਲੀ ਇਟ ਵੁੱਡ ਨਾਟ ਬੀ ਵਾਈਸ ਟੂ ਯੂਜ਼ ਪੇਪਰ ਲਾਈਕ ਮਟੀਰੀਅਲ ਫੋਰ ਕੁਕਿੰਗ ਵੈਸਲਸ। ਇਸ ਤਰੀਕੇ ਨਾਲ ਜਿਹੜੇ ਅਸੀਂ ਭਾਂਡੇ ਬਣਾਉਂਦੇ ਹਾਂ, ਕੁਕਿੰਗ ਵੈਸਲ ਹੁੰਦੇ ਆ ਯੂਟੈਂਸਿਲਸ, ਤੁਹਾਨੂੰ ਲੱਗਦਾ ਹੈ ਕਿ ਕਾਗਜ਼ ਦੇ ਯੂਟੈਂਸਿਲਸ ਬਣ ਸਕਦੇ ਆ? ਬਿਲਕੁਲ ਨਹੀਂ। ਤੁਹਾਨੂੰ ਵੀ ਪਤਾ ਹੈ ਕਿ ਕਾਗਜ਼ ਦੇ ਵਿੱਚ ਇੰਨੀ ਪ੍ਰੋਪਰਟੀਜ਼ ਨਹੀਂ ਹੈਗੀਆਂ ਕਿ ਉਹਦੇ ਵਿੱਚ ਜਿਹੜਾ ਖਾਣਾ ਹੈ ਉਹ ਪ੍ਰੋਪਰ ਬਣ ਸਕੇ, ਇਸ ਕਰਕੇ ਕਾਗਜ਼ ਦੇ ਭਾਂਡੇ ਜਿਹੜੇ ਉਹ ਨਹੀਂ ਬਣ ਸਕਦੇ। ਵੀ ਸੀ ਦੈਨ ਦੈਟ ਵੀ ਚੂਜ਼ ਅ ਮਟੀਰੀਅਲ ਟੂ ਮੇਕ ਐਨ ਓਬਜੈਕਟ ਡਿਪੈਂਡਿੰਗ ਔਨ ਇਟਸ ਪ੍ਰੋਪਰਟੀਜ਼ ਐਟ ਦਾ ਪਰਪਸ ਫੋਰ ਵਿਚ ਦਾ ਓਬਜੈਕਟ ਇਜ਼ ਟੂ ਬੀ ਯੂਜ਼ਡ। ਇਸ ਕਰਕੇ ਜਦੋਂ ਕੋਈ ਵੀ ਮਟੀਰੀਅਲ ਬਣਾਇਆ ਜਾਂਦਾ ਹੈ, ਠੀਕ ਆ, ਅਤੇ ਉਹ ਕਾਹਤੇ ਡਿਪੈਂਡ ਕਰਦਾ ਹੈ ਕਿ ਉਸ ਸਬਜੈਕਟ ਦੀਆਂ ਪ੍ਰੋਪਰਟੀਜ਼ ਕੀ ਆ ਅਤੇ ਕਿਹੜੇ ਪਰਪਸ ਵਾਸਤੇ ਉਸ ਸਬਜੈਕਟ ਨੂੰ ਯੂਜ਼ ਕੀਤਾ ਜਾ ਰਿਹਾ। ਜਿਵੇਂ ਸਪੋਜ਼ ਕਰੋ ਗਲਾਸ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ? ਤਾਂ ਕਿ ਅਸੀਂ ਉਹਦੇ ਵਿੱਚ ਵਾਟਰ ਹੋਲਡ ਕਰ ਸਕੀਏ। ਇਸ ਕਰਕੇ ਅਸੀਂ ਕਲੋਥ ਨੂੰ ਨਹੀਂ ਚੂਜ਼ ਕਰਦੇ ਕਿਉਂਕਿ ਕਲੋਥ ਦੇ ਵਿੱਚ ਉਹ ਪ੍ਰੋਪਰਟੀਜ਼ ਹੀ ਨਹੀਂ ਹੈਗੀਆਂ ਜੋ ਵਾਟਰ ਨੂੰ ਹੋਲਡ ਕਰ ਸਕਣ। ਸੋ ਵਟ ਆਰ ਦਾ ਆਲ ਦਾ ਪ੍ਰੋਪਰਟੀਜ਼ ਆਫ ਮਟੀਰੀਅਲ ਦੈਟ ਵੁੱਡ ਬੀ ਇੰਪੋਰਟੈਂਟ ਫੋਰ ਦੇਅਰ ਯੂਸੇਜ, ਸਮ ਪ੍ਰੋਪਰਟੀਜ਼ ਆਰ ਡਿਸਕਸਡ ਹੇਅਰ। ਸੋ ਇਸ ਕਰਕੇ ਕਿਹੜੀਆਂ ਪ੍ਰੋਪਰਟੀਜ਼ ਆ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜੇ ਮਟੀਰੀਅਲਸ ਉਹ ਬਣਾਏ ਜਾਂਦੇ ਆ, ਉਹ ਪ੍ਰੋਪਰਟੀਜ਼ ਆਪਾਂ ਜਿਹੜੀਆਂ ਇਸ ਚੈਪਟਰ 'ਚ ਪੜ੍ਹਨੀਆਂ ਹੁਣ ਨੈਕਸਟ, ਠੀਕ ਆ। ਸਭ ਤੋਂ ਫਸਟ ਪ੍ਰੋਪਰਟੀ ਹੈਗੀ ਆ ਅਪੀਅਰੈਂਸ। ਤੁਸੀਂ ਦੇਖ ਸਕਦੇ ਹੋ ਅਪੀਅਰੈਂਸ, ਮਟੀਰੀਅਲਸ ਯੂਜਲੀ ਲੁੱਕ ਡਿਫਰੈਂਟ ਫਰੋਮ ਈਚ ਅਦਰ। ਵੁੱਡ ਲੁੱਕਸ ਵੈਰੀ ਡਿਫਰੈਂਟ ਫਰੋਮ ਆਇਰਨ। ਜਿਹੜੇ ਮਟੀਰੀਅਲਸ ਆ ਇਹ ਇੱਕ ਦੂਜੇ ਤੋਂ ਬਹੁਤ ਵੱਖੋ ਵੱਖਰੇ ਦਿਸਦੇ ਆ। ਜਿਵੇਂ ਵੁੱਡ ਆ ਜਾਣੀ ਕਿ ਲੱਕੜ ਆ, ਇਹ ਆਇਰਨ ਤੋਂ ਬਹੁਤ ਅਲੱਗ ਆ। ਆਇਰਨ ਹੁੰਦਾ ਲੋਹਾ। ਆਇਰਨ ਅਪੀਅਰਸ ਡਿਫਰੈਂਟ ਫਰੋਮ ਦਾ ਕਾਪਰ ਔਰ ਐਲਮੀਨੀਅਮ। ਜਿਹੜਾ ਆਇਰਨ ਆ, ਕਾਪਰ ਅਤੇ ਐਲਮੀਨੀਅਮ ਵੀ ਇੱਕ ਤਰ੍ਹਾਂ ਦੀ ਧਾਤ ਆ, ਠੀਕ ਆ। ਕਾਪਰ ਹੁੰਦਾ ਤਾਂਬਾ, ਐਲਮੀਨੀਅਮ ਦੇ ਵੀ ਤੁਸੀਂ ਦਰਵਾਜ਼ੇ ਜਿਹੜੇ ਬਣਦੇ ਦੇਖੇ ਹੋਣਗੇ। ਸੋ ਆਇਰਨ ਇਹਨਾਂ ਤੋਂ ਵੀ ਅਲੱਗ ਆ। ਭਾਵ ਜਿੰਨੇ ਵੀ ਮਟੀਰੀਅਲਸ ਆ ਪ੍ਰੋਪਰਟੀਜ਼ ਦੇ ਵਿੱਚ ਸਾਰੇ ਇੱਕ ਦੂਜੇ ਨਾਲੋਂ ਕੀ ਆ, ਡਿਫਰੈਂਟ ਆ। ਐਟ ਦਾ ਸੇਮ ਟਾਈਮ ਦੇਅਰ ਮੇ ਬੀ ਸਮ ਸਿਮਲੈਰਿਟੀਜ ਬਿਟਵੀਨ ਆਇਰਨ, ਕਾਪਰ ਐਂਡ ਐਲਮੀਨੀਅਮ ਦੈਟ ਆਰ ਨੋਟ ਦੇਅਰ ਇਨ ਵੁੱਡ। ਚਾਹੇ ਸਾਰੇ ਡਿਫਰੈਂਟ ਓਬਜੈਕਟਸ ਆ, ਬਟ ਆਇਰਨ, ਕਾਪਰ, ਐਲਮੀਨੀਅਮ ਦੇ ਵਿੱਚ ਫਿਰ ਵੀ ਕੁਛ ਸਿਮਲੈਰਿਟੀਜ਼ ਹੈਗੀਆਂ ਹੈ, ਠੀਕ ਆ। ਇੱਕੋ ਜਿਹੀ ਕੋਈ ਪ੍ਰੋਪਰਟੀਜ਼ ਹੈਗੀਆਂ ਨੇ ਜੋ ਲੱਕੜ ਦੇ ਵਿੱਚ ਨਹੀਂ ਆ, ਵੁੱਡ ਦੇ ਵਿੱਚ ਨਹੀਂ ਆ। ਨੈਕਸਟ ਇੱਕ ਐਕਟੀਵਿਟੀ ਆ, ਕੁਲੈਕਟ ਸਮ ਸਮਾਲ ਪੀਸਿਸ ਆਫ ਡਿਫਰੈਂਟ ਮਟੀਰੀਅਲਸ, ਪੇਪਰ, ਕਾਰਡਬੋਰਡ, ਵੁੱਡ, ਕਾਪਰ ਵਾਇਰ, ਐਲਮੀਨੀਅਮ ਸ਼ੀਟ, ਚੌਕ। ਡੂ ਐਨੀ ਆਫ ਦੀਸ ਅਪੀਅਰ ਸ਼ਾਈਨ? ਇਸ ਐਕਟੀਵਿਟੀ ਦੇ ਵਿੱਚ ਤੁਸੀਂ ਮਟੀਰੀਅਲ ਦਿੱਤੇ ਹੋਏ ਆ, ਕਲੈਕਟ ਕਰਨੇ ਆ। ਪੇਪਰ ਹੋ ਗਿਆ, ਇੱਕ ਕਾਰਡਬੋਰਡ, ਵੁੱਡ ਲੱਕੜ, ਕਾਪਰ ਵਾਇਰ, ਤਾਂਬੇ ਦੀ ਤਾਰ, ਐਲਮੀਨੀਅਮ ਦੀ ਸ਼ੀਟ, ਠੀਕ ਆ, ਚੌਕ। ਇਹ ਸਾਰੇ ਤੁਸੀਂ ਮਟੀਰੀਅਲਸ ਜਿਹੜੇ ਕਲੈਕਟ ਕਰਨੇ ਆ। ਤੁਸੀਂ ਦੇਖਣਾ ਵੀ ਇਹਦੇ ਵਿੱਚ ਸ਼ਾਈਨੀ ਕਿਹੜਾ ਹੈ, ਸ਼ਾਈਨੀ ਭਾਵ ਚਮਕਣ ਵਾਲਾ।
सैपरेट द शाइनी मटीरियल्स इन टू अ ग्रुप, जिन्हें भी शाइनी मटीरियल्स होणगे उन्होंने एक ग्रुप च कर दो. नाउ ऑब्जर्व एज द टीचर कट्स ईच मटीरियल इन टू टू पीसिस एंड लुक एट द फ्रैश कट ऑफ सरफेस, वट डू यू नोटिस. उस तो बाद आप कटिंग करनी सारिया चीज़ों की दो पीसा के, दसना है कि किदी जिहड़ी सरफेस आ फ्रैशली कट सरफेस लगती है. ओके, डज द फ्रैशली कट सरफेस ऑफ सम ऑफ दीज मटीरियल्स अपीयर शाइनी, जिहड़ी उन्होंने सरफेस कट्टी होएगी तुहानू की वह शाइनी लगेगी. इनकलूड दीज सबजैक्ट आलसो इन द ग्रुप ऑफ शाइनी मटीरियल्स, उन्होंने भी तुम शाइनी मटीरियल के ग्रुप के प्लेस करना है. Do you notice such a shine or luster in the other materials? Cut them anyway as you can. Repeat this in the class with as many materials as possible and make a list of those with the and without luster. Instead of cutting, you can rub the surface of material with sandpaper to see if it has luster. बच्चे तुसी सिर्फ लस्टरस दे बिहाफ ते इन्ना ऑब्जेक्ट्स नू कलेक्ट करना, तुसी देखना है कि की इन्ना दे विच लस्टरस हैगी है जा नहीं हैगी, तुसी उदे वास्ते उन्हां नू कट करके भी देख सकते हो. नेक्स्ट, मटीरियल्स दैट हैव सच लस्टर आर यूजली मैटल्स, जिन्हां दे विच लस्टर हुंदी है वो ज्यादातर की हुंदियां ने मैटल्स हुंदियां ने. आयरन कॉपर एलमीनियम एंड गोल्ड आर एग्जाम्पल्स ऑफ मैटल्स, ज़्यादातर जड़ियाँ धातं होंदियां ने चाहे लोहा होवे कॉपर एलमीनियम जां गोल्ड, गोल्ड हुंदा सोना, ये सारियां मैटल्स दी एग्जाम्पल्स और इन्हां दे विच लस्टरस हुंदी है, चमक जानी के हुंदी है. सम मैटल ऑफन लूज देयर शाइन एंड अपीयर डल बिकॉज ऑफ द एक्शन ऑफ एयर एंड मॉइस्चर ऑन दैम. तुसीं देखिया होणा कई बार जड़ियाँ धातं जदों आपां न्यूली लैके आउंदे आ बहुत ज़्यादा शाइन करदियां, चाहे कोई आयरन का दरवाजा ही होवे, कुछ टाइम बाद हौली हौली जिहड़ी उन्हां दी चमक आ उह की आ घट जांदी, उह डल हो जांदियां ने. क्यों? क्योंकि उह कादे नाल एक्शन कर लैंदियां ने, हवा दे संपर्क च आ जांदियां ने जां फिर मॉइस्चर दे संपर्क च आ जांदियां, जिवें लोहे नूं ज्यादातर की लग जांदा है जंगाल, ठीक है, क्योंकि जदों उहदे उपर पानी पैंदा है जां उह हवा दे कॉन्टैक्ट च आ जांदा है उत्ते हौली हौली की आ जंगाल लगना स्टार्ट हो जांदा है. इस करके फिर जिहड़े दरवाजे हुंदे लोहे दे आपां उहनां नूं की करदे आ पेंट करदे आ. We therefore notice the luster only on their freshly cut surfaces. करके जिहड़ी लस्टर हुंदी है जदों असीं न्यूली लैके आउंदे आ उदों ही उन्हां दे उपर हुंदी आ. When you visit an iron smith or a workshop, look out for freshly cut surface of metal rods to see if they have luster. भाव जे तुसीं आयरन स्मिथ जिहड़ा लुहार हुंदा है, ठीक है, उहदे कोल जाओ जां उहदी वर्कशॉप ते जाओ, तुसीं देख सकदे जो कि लोहे दियां जां फिर धातां दियां जिहड़ियां उहनां कोल रॉड्स हुंदियां ने उह किन्नियां ज़्यादा चमकदियां हुंदियां ने जदों यूसेज दे विच नहीं आउंदियां. जदों कम दे विच आ जांदियां ने उहनां दी वरतों जिहड़ी होण लग पैंदी आ हौली हौली की आ उहनां दी जिहड़ी लस्टरस आ उह घट जांदी आ. ओके, उस तो बाद की हो जांदियां ने डल हो जांदियां ने. सो ये फर्स्ट प्रॉपर्टी सी मटीरियल्स दी जिन्हों मैं तुहानू दुबारा दसना चाहूंगी कि इहदे विच उन्होंने अपीयरेंस की गल की आ. इहदे विच जस्ट उन्होंने तुहानू इन्ना दसाया कि जिहड़े मटीरियल्स दो तरह के होंदे आ, कुछ जिहड़े लस्टरस होंदे आ जिहड़े बहुत ज़्यादा की आ शाइन करदे आ, ते कुछ की होंदे आ नॉन लस्टरस. नॉन लस्टरस दे विच तुसीं वुड लिख सकदे जो जिहड़ी वुड आ उह नॉन लस्टरस हुंदी आ जिहदी कोई चमक नहीं हुंदी, ते जिन्नियां भी मैटल्स हुंदियां ने उहनां दी की आ चमक हुंदी आ उह लस्टरस हुंदी आ. इस तों बाद चौक भी जिहड़ा है नॉन लस्टरस दे विच आएगा, पेपर भी नॉन लस्टरस दे विच आएगा, कार्डबोर्ड भी, कार्डबोर्ड भी ज़्यादातर जिहड़े अपने वुडन दे जे बने होणगे ते उह की आ नॉन लस्टरस आ. ओके, सो इस करके अपीयरेंस दे अकॉर्डिंगली मटीरियल्स दो तरह दे हुंदे आ, लस्टरस एंड नॉन लस्टरस. आई होप यू ऑल अंडरस्टैंड. Thank you for watching video.